ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਨਗਰ ਥਾਣੇ 71 ਨੰਬਰ ਮੁਕੱਦਮਾ ਦਰਜ ਕੀਤਾ ਸੀ, ਜਿਹਦੇ ਵਿੱਚ ਜਿਹੜੇ ਆਪਣਾ ਨਾਰੰਗ ਵੱਲੋਂ ਦਰਖਾਸਤ ਸੀ, ਜਿਹਨੇ ਇੱਕ ਘਰ ਦੇ ਵਿੱਚ ਇੱਕ ਨੌਕਰਾਣੀ ਰੱਖੀ ਸੀ। ਇਹ ਨੌਕਰਾਣੀ ਔਨਲਾਈਨ ਜਿਹੜਾ ਹੈਗਾ ਆ ਵੈਬਸਾਈਟ ਜਾਂ ਉਹਦੇ 'ਤੇ ਸਰਚ ਕਰਕੇ ਉੱਥੋਂ ਇਹਨਾਂ ਨੇ ਦਿੱਲੀ ਦਾ ਇੱਕ ਗਰੁੱਪ ਆ ਜਿਹੜਾ ਆ ਕੇ ਇਹਨਾਂ ਨੂੰ ਨੌਕਰ ਛੱਡ ਕੇ ਜਾਂਦਾ ਨੌਕਰਾਣੀ ਨੂੰ, ਪਲੱਸ ਉਹਨਾਂ ਤੋਂ ਕਮਿਸ਼ਨ ਲੈ ਕੇ ਵਾਪਸ ਚਲਿਆ ਜਾਂਦਾ। ਜਿਹੜੀ ਉਹ ਨੌਕਰਾਣੀ ਛੱਡ ਕੇ ਜਾਂਦੇ ਆ ਉਹ 2-3 ਦਿਨ ਬਾਅਦ ਆਪਦਾ ਜੋ ਵੀ ਘਰ 'ਚੋਂ ਕੀਮਤੀ ਸਮਾਨ ਹੁੰਦਾ ਉਹ ਚੋਰੀ ਕਰਕੇ ਲੈ ਕੇ ਉਹ ਵੀ ਭੱਜ ਜਾਂਦੇ ਆ। ਇਸ ਕਰਕੇ ਅਸੀਂ 78 ਨੰਬਰ ਮੁਕੱਦਮੇ ਦੀ ਤਫਤੀਸ਼ ਦੇ ਵਿੱਚ ਅਸੀਂ ਦਿੱਲੀ ਤੋਂ ਇੱਕ ਗਰੁੱਪ ਜਿਹੜਾ ਹੈਗਾ ਪੂਰਾ ਇਹਨਾਂ ਦਾ ਗਰੋਹ ਆ ਉਹ ਅਸੀਂ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਿੱਚ ਇੱਕ ਲੇਡੀ ਹੈ ਜਿਹੜੀ ਨੌਕਰਾਣੀ ਬਣਾ ਕੇ ਰੱਖੀ ਸੀ। ਇਹਦੇ ਵਿੱਚ ਇੱਕ ਆਪਣੇ ਮੁਖੀਆ ਲਾਲ ਮੁਖੀਆ ਨਾਮ ਦਾ ਬੰਦਾ ਆ ਜਿਹੜਾ ਜਿਹਦੀ ਜਿਹੜੀ ਘਰਵਾਲੀ ਆ ਉਹਨੂੰ ਇੱਕ ਵਾਰੀ ਇੱਕ ਆਪਣਾ ਸਾਡੇ 8 ਨੰਬਰ ਡਿਵੀਜ਼ਨ ਦੇ ਏਰੀਏ 'ਚ ਪ੍ਰੇਮ ਨਗਰ ਦੇ ਵਿੱਚ ਛੱਡ ਕੇ ਗਿਆ ਸੀ, ਉਹਨੂੰ ਵੀ ਨਾਲ ਅਸੀਂ ਅਰੈਸਟ ਕਰ ਲਿਆ। ਇਸ ਕਰਕੇ ਸਾਡੇ ਲੁਧਿਆਣੇ ਦੇ ਵਿੱਚ ਇਹਨਾਂ ਨੇ 3 ਵਾਰਦਾਤਾਂ ਕੀਤੀਆਂ ਸੀ, ਇਹਨਾਂ ਨੂੰ ਅਰੈਸਟ ਕਰਕੇ ਬਾਕੀ ਤਫਤੀਸ਼ ਜਾਰੀ ਹੈ। ਕਮਿਸ਼ਨ ਇਹ 30,000 ਤੋਂ 40,000 ਰੁਪਈਆ ਦਾ ਇਹਨਾਂ ਦਾ ਕਮਿਸ਼ਨ ਹੁੰਦਾ ਕਿ ਅਸੀਂ ਇਹਨੂੰ ਛੱਡਣਾ ਹੈ ਤੁਹਾਡੇ ਕੋਲ। ਇਹ ਜਿਹੜਾ ਡੀਲ ਕਰਦੇ ਸੀ ਸਾਰੀ ਔਨਲਾਈਨ ਡੀਲ ਹੁੰਦੀ ਸੀ ਮਾਲਕਾਂ ਦੇ ਨਾਲ। ਹਾਂਜੀ, ਪਹਿਲਾਂ ਇਹਨਾਂ 'ਤੇ ਦਿੱਲੀ ਮੁਕੱਦਮਾ ਇੱਕ ਦਰਜ ਆ, 2 ਮੁਕੱਦਮੇ ਹੁਣ ਅਸੀਂ ਲੁਧਿਆਣੇ ਦਰਜ ਕੀਤੇ ਆ। ਬਾਕੀ ਇਹਨਾਂ ਦੇ ਦੱਸਣ ਮੁਤਾਬਕ ਹਜੇ ਹੋਰ ਵਾਰਦਾਤਾਂ ਜਿਹੜੀਆਂ ਜੀਰਕਪੁਰ ਮੋਹਾਲੀ ਵਗੈਰਾ ਵੀ ਕੀਤੀਆਂ ਹੋਈਆਂ, ਉਹਨਾਂ ਦੀ ਡਿਟੇਲ ਜਿਹੜੀ ਆ ਮੁਕੱਦਮਾ ਦੀ ਤਫਤੀਸ਼ ਦੇ ਵਿੱਚ ਫਿਰ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗੂ। ਉਹ ਹਜੇ ਇਹਨਾਂ ਤੋਂ ਪੁੱਛਗਿੱਛ ਕਰਨੀ ਆ, ਅਸੀਂ ਕੱਲ੍ਹ ਇਹਨਾਂ ਨੂੰ ਸਾਰੇ ਗਰੁੱਪ ਨੂੰ ਜਿਹੜਾ ਹੈਗਾ ਅਰੈਸਟ ਕੀਤਾ। ਮਾਨਯੋਗ ਕਮਿਸ਼ਨਰ ਸਾਹਿਬ ਨੂੰ ਸਾਡੇ 144 ਦੇ ਆਰਡਰ ਜਿਹੜੇ ਹੈਗੇ ਹਰ ਵਾਰੀ ਇਹਨਾਂ ਦੇ ਜਿਹੜੇ ਜਾਰੀ ਕੀਤੇ ਜਾਂਦੇ ਆ ਕਿ ਜਿਹੜੇ ਵੀ ਘਰੇਲੂ ਨੌਕਰ ਵਗੈਰਾ ਰੱਖਦੇ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ। ਆਮ ਤੌਰ 'ਤੇ ਜਿਹੜਾ ਹੈਗਾ ਲੋਕ ਸਾਡੇ ਕੋਲੋਂ ਵੈਰੀਫਿਕੇਸ਼ਨ ਕਰਵਾਉਣ ਤੋਂ ਟਲਦੇ ਰਹਿੰਦੇ ਆ, ਫਿਰ ਜਿਹੜੇ ਇਹੋ ਜਿਹੇ ਨੌਕਰ ਰੱਖੇ ਜਾਂਦੇ ਉਹ ਸ਼ਹਿਰ ਦੇ ਵਿੱਚ ਵਾਰਦਾਤ ਕਰਕੇ ਜਿਵੇਂ ਨੇਪਾਲੀ ਨੌਕਰ ਹੋ ਗਏ ਜਾਂ ਇਹੋ ਜਿਹੀਆਂ ਨੌਕਰਾਣੀਆਂ ਹੋ ਗਈਆਂ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਆ, ਜਿਹਦੇ ਵਿੱਚ ਪੁਲਿਸ ਨੂੰ ਉਹਨਾਂ ਨੂੰ ਲੱਭਣ ਦੇ ਵਿੱਚ ਕਾਫੀ ਮੁਸ਼ਕਲ ਪੇਸ਼ ਆਉਂਦੀ ਆ। ਇਸ ਕਰਕੇ ਜਿਹੜੇ ਇਹਨਾਂ ਨੂੰ ਇਹ ਸਾਡੇ ਵੱਲੋਂ ਜਿਹੜੀ ਹੈਗੀ ਆ ਸਾਡੇ ਵੱਲੋਂ ਇਹਨਾਂ ਨੂੰ ਇੱਕ ਹਦਾਇਤ ਆ, ਹਦਾਇਤ ਵੀ ਆ, ਆਰਡਰ ਵੀ ਜਾਰੀ ਕੀਤੇ ਜਾਂਦੇ ਆ ਕਿ ਆਪਣੇ ਜਿਹੜੀ ਆ ਨੌਕਰ ਰੱਖਦੇ ਆ ਇਹਨਾਂ ਨੂੰ ਪੁਲਿਸ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾ ਲੈਣੀ ਚਾਹੀਦੀ ਆ। ਹਾਂਜੀ, ਉਹਨਾਂ 'ਤੇ ਕਰਾਂਗੇ ਜੀ ਅਸੀਂ। 144 ਦੇ ਆਰਡਰ ਹੈਗੇ, ਉਹਨਾਂ 'ਤੇ ਵੀ 188 ਦਾ ਪਰਚਾ ਦਿੱਤਾ ਜਾਊਗਾ। ਮੈਡਮ ਦੇਖਿਆ ਜਾਂਦਾ ਮੁਹੱਲੇ ਦੇ ਵਿੱਚ ਜਿਹੜੇ ਪ੍ਰਵਾਸੀ ਹੋ ਗਏ ਜਿਹੜਾ ਕਈ ਵਿਹੜਿਆਂ ਦੇ ਵਿੱਚ ਹੋ ਗਏ, ਕਈ ਉਹ ਨਹੀਂ ਕਰਵਾਉਂਦੇ ਹੈਗੇ ਆਪਣੇ ਵਿਹੜੇ, ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਵੇ ਜਿਹੜੇ ਵਿਹੜਿਆਂ 'ਚ ਰਹਿੰਦੇ ਨੇ? ਉਹ ਅਸੀਂ ਜਿਹੜੇ ਵਿਹੜਿਆਂ ਦੇ ਵਿੱਚ ਇਹਨਾਂ ਨੇ ਰੱਖੇ ਹੋਏ ਆਇਡੈਂਟੀਫਾਈ ਕਰਕੇ ਇਹੋ ਜਿਹੀਆਂ ਜਗ੍ਹਾ ਜਿਹਨਾਂ ਨੇ ਨਹੀਂ ਕੀਤਾ ਹੋਇਆ ਉਹਦੇ ਲਈ ਵੀ ਅਸੀਂ ਪਹਿਲਾਂ ਆਇਡੈਂਟੀਫਾਈ ਕਰਕੇ ਜੇ ਨਹੀਂ ਇਨਫੋਰਮੇਸ਼ਨ ਦਿੱਤੀ ਹੋਈ ਤਾਂ ਅਸੀਂ ਡੈਫੀਨੇਟਲੀ ਕਰਾਂਗੇ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।